ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੁਸੀਂ ਦੇਖ ਰਹੇ ਹੋ ਆਪਣਾ ਫਟੂਰੋ ਇੰਟਰਨੈਸ਼ਨਲ ਜਰੂ ਦਾ ਰੇਟ 90 ਰੁਪਏ 63 ਪੈਸੇ ਦੇ ਉੱਤੇ ਚੱਲ ਰਿਹਾ ਹੈ 1 ਪਾਉਂਡ ਦਾ ਰੇਟ 105 ਰੁਪਏ 72 ਪੈਸੇ ਅਮਰੀਕਾ ਦਾ 1 ਡਾਲਰ 83 ਰੁਪਏ 25 ਪੈਸੇ ਬਿਟਕੋਇਨ ਜਿਹੜਾ ਹੈ ਜੀ 40000 ਦੇ ਨੇੜੇ ਪਹੁੰਚ ਚੁੱਕਾ ਹੈ 349000 ਦੇ ਉੱਪਰ AI ਤਕਨੀਕ ਇੱਕ ਇਹੋ ਜੀ ਤਕਨੀਕ ਬਣ ਚੁੱਕੀ ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਾਸਤੇ ਫਾਇਦੇਮੰਦ ਵੀ ਹੈ ਤੇ ਇਹ ਜਿਹੜਾ ਨੁਕਸਾਨ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਕਈ ਇਹੋ ਜੀਆਂ ਕੰਪਨੀਆਂ ਜਿਹੜੀਆਂ ਕਿ ਪਹਿਲਾਂ ਮਨੁੱਖਾਂ ਨੂੰ ਰੋਜ਼ਗਾਰ ਦਿੰਦੀਆਂ ਸਨ ਉਹਨਾਂ ਕੰਪਨੀਆਂ ਦੇ ਵਿੱਚ ਹੁਣ AI ਦੀ ਜਿਹੜੀ ਵਰਤੋਂ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਇੱਕ ਕੰਪਨੀ ਦੇ ਨਾਲ ਵੀ ਹੋਇਆ ਹੈ ਇੱਕ ਮਾਡਲ ਜਿਹੜੀ ਕਿ ਬਾਰਸੀਲੋਨਾ ਦੀ ਹੈ ਇਹ ਦੀ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਜਿਹੜੀ ਬਹੁਤ ਚਰਚਾ ਹੋ ਰਹੀ ਹੈ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਜਿਹੜੀ ਪਬਲਿਸਿਟੀ ਵਾਸਤੇ ਜਿਹੜੀ ਇਹਨਾਂ ਦੀ ਕਮਾਈ ਬਹੁਤ ਜ਼ਿਆਦਾ ਹੈ ਤੇ ਲੋਕਾਂ ਦੀਆਂ ਜਿੱਦਾਂ ਕਿ ਕੰਪਨੀਆਂ ਦੀਆਂ ਐਡ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਕੰਪਨੀ ਦੇ ਵੱਲੋਂ ਕਈ ਵਾਰ ਕਿਸੇ ਕੰਪਨੀ ਦੇ ਬ੍ਰਾਂਡ ਦੇ ਕੱਪੜੇ ਜਾਂ ਜੁੱਤੀਆਂ ਪਹਿਨ ਕੇ ਇਹ ਜਿਹੜੀਆਂ ਤਸਵੀਰਾਂ ਸਨ ਇੰਸਟਾਗ੍ਰam ਦੇ ਉੱਤੇ ਪੋਸਟ ਕਰਦੇ ਸਨ ਮਤਲਬ ਫਿਜ਼ੀਕਲ ਰੂਪ ਦੇ ਵਿੱਚ ਜਿਹੜਾ ਕੋਈ ਵੀ ਨਹੀਂ ਸਾਹਮਣੇ ਆਉਂਦਾ ਸੀ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਆਨਲਾਈਨ ਪਲੇਟਫਾਰਮ ਦੇ ਉੱਤੇ ਇਸ ਕੰਪਨੀ ਦੇ ਲੱਖਾਂ ਰੁਪਏ ਦੇ ਜਿਹੜੇ ਕੰਟੈਕਟਸ ਹਨ ਕੰਪਨੀ ਦੇ ਨਾਲ ਹੋਈ ਵੀ ਸਨ ਪਬਲਿਸਿਟੀ ਦੇ ਵਾਸਤੇ ਕਿਉਂਕਿ ਕੰਪਨੀਆਂ ਜਿਹੜੀਆਂ ਸਨ ਇਸ ਕੁੜੀ ਨੂੰ ਜਿਹੜੀ ਇਹਨਾਂ ਦੇ ਮਾਡਲ ਸਨ ਉਹਨਾਂ ਨੂੰ ਕੀ ਅਸਲੀ ਕੁੜੀਆਂ ਜਿਹੜੀਆਂ ਹਨ ਉਹਨਾਂ ਦੇ ਕੱਪੜੇ ਜਾਂ ਜੁੱਤੀਆਂ ਵਗੈਰਾ ਦੀ ਮਸ਼ਹੂਰੀ ਕਰ ਰਹੀਆਂ ਹਨ ਹੁਣ ਬਾਅਦ ਵਿੱਚ ਪਤਾ ਲੱਗਾ ਕਿ ਇਹ ਜਿਹੜਾ ਸਾਰੀਆਂ ਕੁੜੀਆਂ ਸਨ ਆਰਟੀਫੀਸ਼ੀਅਲ ਕੁੜੀਆਂ ਸਨ ਅਸਲੀ ਕੁੜੀਆਂ ਨਹੀਂ ਸਨ ਏਆਈ ਤਕਨੀਕ ਦੀ ਮਦਦ ਨਾਲ ਇਹਨਾਂ ਨੂੰ ਬਣਾਇਆ ਗਿਆ ਸੀ ਹੁਣ ਇਸ ਕੰਪਨੀ ਨੇ ਜਦੋਂ ਦੇਖਿਆ ਕਿ ਲੋਕਾਂ ਨੂੰ ਭੁਲੇਖਾ ਲੱਗ ਚੁੱਕਾ ਤੇ ਹੁਣ ਫਿਊਚਰ ਦੇ ਵਿੱਚ ਉਸ ਕੰਪਨੀ ਨੇ ਕਿਹਾ ਕਿ ਉਹ ਕਿਸੇ ਵੀ ਬੰਦੇ ਨੂੰ ਆਪਣੀ ਕੰਪਨੀ ਵਿੱਚ ਭਰਤੀ ਨਹੀਂ ਕਰੇਗੀ ਏਆਈ ਮਾਡਲ ਜਿਹੜੇ ਹੋਣਗੇ ਉਹੀ ਜਿਹੜੇ ਹੁਣ ਵਿਗਿਆਪਨ ਵਗੈਰਾ ਵੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੁਕਸਾਨ ਹੋ ਸਕਦਾ ਹੈ ਰੋਜ਼ਗਾਰ ਦਾ ਚੰਗਾ ਵੱ ਬਾਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਰੋਬੋਟ ਵਗੈਰਾ ਵੀ ਜਿਹੜੇ ਇਹੋ ਜਿਹੇ ਆ ਚੁੱਕੇ ਨੇ ਜਿਹੜੇ ਬੰਦਿਆਂ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਡੱਬੇ ਵਗੈਰਾ ਚੁੱਕਦੇ ਹਨ ਬੋਰੀਆਂ ਚੁੱਕਦੇ ਹਨ ਤੇ ਤੁਸੀਂ ਨਾ ਤੋ ਕੋਈ ਵੀ ਕੰਮ ਕਰਾ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਦੱਸਿਆ ਜਾਂਦਾ ਹੈ ਕਿ ਫੈਕਟਰੀਆਂ ਵਗੈਰਾ ਵੀ ਜਿਹੜੀ ਲੇਬਰ ਹੋਵੇਗੀ ਉਹ ਵੀ ਇੱਕ ਤਰ੍ਹਾਂ ਦੇ ਰੋਬੋਟ ਹੀ ਹੋਣਗੇ ਹੁਣ ਗੱਲ ਕਰ ਲਈਏ ਜਿਹੜੀ ਖਬਰ ਇਟਲੀ ਦੇ ਨਾਲ ਸੰਬੰਧਿਤ ਹੈ ਜਿਲਾ ਪੈਂਦਾ ਹੈ ਜੀ ਕਰਮੋਨਾ ਇਟਲੀ ਦੇ ਵਿੱਚ ਇਹਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਹੈ ਵਿਸਕੋਵਾਤੋ ਜਿੱਥੇ ਕਿ ਇੱਕ ਮੀਟ ਦੀ ਫੈਕਟਰੀ ਬਣੀ ਹੋਈ ਸੀ ਇੱਥੇ ਜਿਹੜਾ ਮੀਟ ਪ੍ਰੋਸੈਸ ਕੀਤਾ ਜਾਂਦਾ ਸੀ ਇਸ ਫੈਕਟਰੀ ਦੇ ਵਿੱਚ ਤਕਰੀਬਨ ਦੱਸਿਆ ਗਿਆ ਕਿ 60 ਪੰਜਾਬੀ ਜਿਹੜੇ ਕਾਮੇ ਸਨ ਵਰਕਰ ਸਨ ਉਹਨਾਂ ਨੂੰ ਇਸ ਫੈਕਟਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ 16 ਅਕਤੂਬਰ 2023 ਤੋਂ ਇਹ ਜਿਹੜੇ ਵਰਕਰ ਸਨ ਧਰਨੇ ਤੇ ਬੈਠ ਹੋਏ ਸਨ ਮਤਲਬ ਕਿ 47-48 ਦਿਨ ਹੋ ਚੁੱਕੇ ਹਨ 50 ਦਿਨਾਂ ਦੇ ਕਰੀਬ ਤੇ ਇਸ ਚ ਤੁਹਾਨੂੰ ਇਹ ਵੀ ਜਾਣੀਏ ਕਿ ਫਿਲਹਾਲ ਜਿਹੜਾ ਹੈ ਇਹ ਧਰਨਾ ਜਾਰੀ ਹੈ ਅਜੇ ਤੱਕ ਇਹ ਖਤਮ ਨਹੀਂ ਹੋਇਆ ਪਰੰਤੂ ਇਹ ਜਿਹੜੇ ਵਰਕਰ ਹਨ ਤਕਰੀਬਨ ਕੁਝੇ ਵਰਕਰ ਨੂੰ 15 ਸਾਲ ਹੋ ਚੁੱਕੇ ਹਨ ਫੈਕਟਰੀ ਵਿੱਚ ਕੰਮ ਕਰਦੇ ਨੂੰ ਤੇ ਕਿਸੇ ਨੂੰ 20 ਸਾਲ ਹੋ ਚੁੱਕੇ ਹਨ ਅਚਾਨਕ ਹੀ ਜਿਹੜਾ ਇਹਨਾਂ ਨੂੰ ਕੰਮ ਦੇ ਉੱਤੋਂ ਜਵਾਬ ਦਿੱਤਾ ਗਿਆ ਹੁਣ ਉੱਥੇ ਇੱਕ ਸੰਸਥਾ ਹੈ ਜਿਸ ਦਾ ਨਾਮ ਹੈ ਯੂ ਐਸ ਬੀ ਜਿਹੜੀ ਕਿ ਇਹਨਾਂ ਦੀ ਇਸ ਟਾਈਮ ਕਾਨੂੰਨੀ ਮਦਦ ਕਰ ਰਹੀ ਹੈ ਜਿਹੜੀ ਇਹਨਾਂ ਨੂੰ ਹੈਲਪ ਦੀ ਲੋੜ ਪੈਂਦੀ ਹੈ ਉਹ ਇਸ ਏਜੰਸੀ ਦੇ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਇੱਥੇ ਜਿਹੜਾ ਕੱਲ ਇੱਕ ਰੋਸ ਮੁਜ਼ਾਹਰਾ ਜਿਹੜਾ ਇਹਨਾਂ ਵੀਰਾਂ ਦੇ ਵੱਲੋਂ ਸੱਦਿਆ ਗਿਆ ਸੀ ਇਹਨਾਂ ਨੇ ਕਿਹਾ ਸੀ ਕਿ ਕਰਮੂਨਾ ਸ਼ਹਿਰ ਦੇ ਵਿੱਚ ਇੱਕ ਜਿਹੜਾ ਵਿਸ਼ਾਲ ਮੁਜ਼ਾਹਰਾ ਜਿਹੜਾ ਕੀਤਾ ਜਾਵੇਗਾ ਜਿਹੜਾ ਕਿ ਬਹੁਤ ਹੀ ਸ਼ਾਂਤਪੂਰਨ ਤਰੀਕੇ ਨਾਲ ਕੱਢਿਆ ਗਿਆ ਬਾਕੀ ਲੋੰਬਾਰਡੀ ਜਿਹੜਾ ਸੂਬਾ ਪੈਂਦਾ ਜੀ ਉਹਦੇ ਅਲੱਗ-ਅਲੱਗ ਥਾਵਾਂ ਤੋਂ ਪੰਜਾਬੀ ਜਿਹੜੇ ਜਿੰਨੇ ਵੀ ਪੰਜਾਬੀ ਸੰਤਕ੍ਰਿਮ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਮੋਢਾ ਨਾਲ ਮੋਢਾ ਲਾ ਕੇ ਸਾਥ ਦਿੱਤਾ ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਅਰਬ ਘੰਟੀ ਦੇ ਜਿਹੜੇ ਵੀਰ ਸਨ ਉਹ ਵੀ ਇਸ ਮੁਜਾਰੇ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਵੀ ਜਿਹੜੀ ਇਹਨਾਂ ਦੀ ਹੌਸਲਾ ਫਜ਼ਾਈ ਕੀਤੀ ਅਗਲੀ ਖਬਰ ਜਿਹੜੀ ਇਟਲੀ ਦੇ ਨਾਲ ਸੰਬੰਧਿਤ ਹੈ ਇਟਲੀ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਲਵਿਨੀਓ ਇੱਥੇ ਇੱਕ ਨੌਜਵਾਨ ਜਿਸ ਦੀ ਉਮਰ ਜਿਹੜੀ 42 ਸਾਲ ਦੱਸੀ ਜਾ ਰਹੀ ਸੀ ਪੰਜਾਬ ਦੇ ਨਾਲ ਸੰਬੰਧਿਤ ਸੀ ਇਸ ਦੀ ਡੈਥ ਹੋ ਜਾਂਦੀ ਹੈ ਕਾਰਨ ਦੱਸਿਆ ਜਾਂਦਾ ਹੈ ਕਿ ਜਿਹੜੀ ਹਾਰਟ ਅਟੈਕ ਇਸ ਵੀਰ ਦਾ ਜਿਹੜਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਰੂਮ ਦੇ ਨੇੜੇ ਕਿ ਜਿਹੜਾ ਪੈਂਦਾ ਹੈ ਸ਼ਹਿਰ ਲਵੀਨੀਓ ਇਹ ਵੀਰ ਇੱਥੇ ਆਇਆ ਸੀ ਕੰਮ ਦੇ سلسلے ਵਿੱਚ ਤੇ ਹੌਲੀ-ਹੌਲੀ ਇੱਥੇ ਜਿਹੜਾ ਕੰਮ ਲੱਭ ਗਿਆ ਤੇ ਇੱਥੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਚੰਨ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਵੀਰ ਨੂੰ ਜਿਹੜਾ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਹਸਪਤਾਲ ਵਿੱਚ ਜਦੋਂ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਉਹਨਾਂ ਨੇ ਜਿਹੜਾ ਡੈੱਡ ਘੋਸ਼ਿਤ ਕਰ ਦਿੱਤਾ ਜਿਹੜਾ ਬੈਕਗ੍ਰਾਉਂਡ ਹੈ ਜੀ ਪੰਜਾਬ ਦੇ ਨਾਲ ਸਬੰਧਤ ਜ਼ਿਲ੍ਹਾ ਪਟਿਆਲਾ ਦਾ ਸ਼ਹਿਰ ਸਮਾਣਾ ਇਹਦੇ ਵਿੱਚ ਗ੍ਰਾਮਾ ਪੱਟੀ ਚਾਰ ਜਿਹੜਾ ਇੱਕ ਪਿੰਡ ਹੈ ਪਿੰਡ ਉੱਥੇ ਦਾ ਜਿਹੜਾ ਸਾਡਾ ਵੀਰ ਸੀ ਬਾਕੀ ਕੱਲ ਦੀ ਵੀਡੀਓ ਵਿੱਚ ਕੁਝ ਪੇਪਰਾਂ ਬਾਰੇ ਜਾਣਕਾਰੀ ਦੱਸੀ ਸੀ ਕਿ 16 ਯੂਰੋ ਦੀ ਜਿਹੜੀ ਮਾਰਕਾ ਦੀ ਬੋਲੂ ਲੱਗਦੀ ਹੈ ਸਾਡੇ ਕੁਝ ਵੀਰਾਂ ਨੇ ਇਸ ਤਰ੍ਹਾਂ ਸਮਝਿਆ ਕਿ ਸ਼ਾਇਦ ਜਿਹੜੇ 16 ਯੂਰੋ ਦੇ ਵਿੱਚ ਪੇਪਰ ਭਰੇ ਜਾਂਦੇ ਹਨ ਇੱਥੇ ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਪਰਮੈਸੂ ਦੀ ਸਜੂਰ ਨੂੰ ਬਣਦੀ ਹੈ ਤਾਂ ਉਹਦੇ ਉੱਤੇ ਖਰਚਾ ਕਿੰਨਾ ਪਾਉਂਦਾ ਹੈ ਜਿਹੜੀ 16 ਯੂਰੋ ਦੀ ਮਾਰਕਾ ਦੀ ਬੋਲੂ ਲੱਗਦੀ ਹੈ ਤੇ ਕੁਝ ਜਿਹੜਾ ਡਾਕ ਇਸੇ ਤਰ੍ਹਾਂ ਜਿਹਦੁੱਦਕ੍ਰੀਤੂ ਜਾਂ ਫਲੂਸੀ ਤੁਸੀਂ ਭਰਉਂਦੇ ਹੋ ਤੇ ਉਹਦੇ ਉੱਤੇ ਵੀ ਜਿਹੜਾ ਖਰਚਾ ਮਾਰਕਾ ਦੀ ਬੋਲੋ ਲੱਗਦੀ ਹੈ ਬਾਕੀ ਜਿਹੜੇ ਤੁਹਾਡੇ ਡਾਕੂਮੈਂਟ ਹੁੰਦੇ ਹਨ ਉਹ ਨਾਲ ਲੱਗਦੇ ਹਨ ਤੇ ਇਸ ਤੋਂ ਇਲਾਵਾ ਤੁਹਾਡੇ ਕੁਦ ਵਗੈਰਾ ਦੇਖੇ ਜਾਂਦੇ ਹਨ ਤੇ ਜਦੋਂ ਉਹ ਬੰਦਾ ਇੱਥੇ ਆ ਜਾਂਦਾ ਹੈ ਇਟਲੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਟੈਕਸ ਵੀ ਦੇਣਾ ਪੈਂਦਾ ਹੈ ਬਾਕੀ ਜੇ ਕੋਈ ਵਰਕਰ 24 ਸਾਲ ਤੋਂ ਘੱਟ ਉਮਰ ਦਾ ਹੈ ਉਸਦੇ ਵਾਸਤੇ ਇੱਕ ਜਿਹੜਾ ਨਿਯਮ ਬਣਾਇਆ ਗਿਆ ਹੈ ਇਹ ਜਿਹੜਾ ਨਿਯਮ ਹੈ ਜੀ ਸਾਊਦੀ ਅਰਬ ਦੇ ਵਾਸਤੇ ਬਣਾਇਆ ਗਿਆ ਹੈ ਹੁਣ ਜਿੱਦਾਂ ਕਿ ਅਰਬ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਰਹਿੰਦੇ ਹਨ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਸਿਸਟੈਂਟ ਲੋਕ ਰੱਖੇ ਹੋਏ ਹਨ ਸਹਾਇਕ ਜਿਸ ਨੂੰ ਕਹਿ ਸਕਦੇ ਆ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਘਰਾਂ ਦੇ ਕੰਮਾਂ ਦੇ ਵਾਸਤੇ ਬੰਦੇ ਰੱਖੇ ਹੋਏ ਹਨ ਹੁਣ ਉੱਥੇ ਸਰਕਾਰ ਨੇ ਜਿਹੜਾ ਨਿਯਮ ਬਣਾਇਆ ਹੈ 2024 ਤੋਂ ਜਿਹੜਾ ਨਿਯਮ ਚਾਲੂ ਹੋ ਜਾਏਗਾ ਤੇ 2024 ਤੋਂ ਨਿਯਮ ਚਾਲੂ ਹੋਏਗਾ ਤੇ 24 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਜਿਹੜਾ ਵਿਦੇਸ਼ੀ ਕੰਮ ਹੋਵੇਗਾ ਉਸ ਨੂੰ ਘਰੇਲੂ ਸਹਾਇਕ ਦੇ ਵਜੋਂ ਜਿਹੜਾ ਰੱਖਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਹੁਣ ਇਹ ਤਾਂ ਜਿਹੜਾ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਘਰੇਲੂ ਜਿਹੜੇ ਸਹਾਇਕਾਂ ਨੇ ਇਹਦੇ ਵਿੱਚ ਡਰਾਈਵਰ ਵੀ ਆਉਂਦੇ ਹਨ ਰਸੋਈਏ ਗਾਰਡ ਮਾਲੀ ਨਰਸਾਂ ਵਗੈਰਾ ਦਰਜੀ ਇਹ ਸਾਰੇ ਇਹਦੇ ਵਿੱਚ ਹੀ ਆਉਂਦੇ ਹਨ ਤੇ ਜੇ 24 ਸਾਲ ਤੋਂ ਘੱਟ ਉਮਰ ਹੋਈ ਤੇ ਇਹਨਾਂ ਨੂੰ ਜਿਹੜਾ ਕੰਮ ਦੇ ਉੱਤੇ ਨਹੀਂ ਰੱਖਿਆ ਜਾਵੇਗਾ ਹਾਂ ਫੈਕਟਰੀਜ਼ ਵਗੈਰਾ ਦੇ ਵਿੱਚ ਜਿਹੜਾ ਇਹਨਾਂ ਨੂੰ ਰੱਖਿਆ ਜਾ ਸਕਦਾ ਹੈ ਅਗਲੀ ਖਬਰ ਜਿਹੜੀ ਫਰਾਂਸ ਦੇ ਨਾਲ ਸੰਬੰਧਿਤ ਹੈ ਫਰਾਂਸ ਦੇ ਵਿੱਚ ਜਿਹੜੀ ਉੱਥੋਂ ਦੀ ਪੁਲਿਸ ਹੈ ਇਸ ਨੇ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਰਾਹਗੀਰ ਲੋਕ ਸਨ ਸੜਕ ਦੇ ਉੱਤੇ ਚੱਲ ਰਹੇ ਸਨ ਇਹਨਾਂ ਨੂੰ ਜਿਹੜਾ ਨਿਸ਼ਾਨਾ ਇਸ ਕਰਕੇ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਮੌਲਜਮ ਨੇ ਫ੍ਰਾਂਸੀ ਵਿੱਚ ਇੱਕ ਜਰਮਨ ਜਿਹੜਾ ਟੂਰਿਸਟ ਉੱਥੇ ਆਇਆ ਹੋਇਆ ਸੀ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਹਦੇ ਨਾਲ ਦੋ ਹੋਰ ਲੋਕ ਜਿਹੜੇ ਜ਼ਖਮੀ ਵੀ ਹੋਏ ਸਨ ਹੁਣ ਇਹ ਜਿਹੜਾ ਸ਼ਖਸ ਫੜਿਆ ਗਿਆ ਹੈ ਫ੍ਰਾਂਸੀ ਵਿੱਚ ਇਸ ਦੀ ਜਿਹੜੀ ਉਮਰ ਹੈ ਜੀ 25 ਸਾਲ ਹੈ ਤੇ ਫ੍ਰਾਂਸ ਦਾ ਹੀ ਇਹ ਨਾਗਰਿਕ ਹੈ ਇੱਥੇ ਦੱਸ ਜੀ ਕਿ 25 ਸਾਲ ਦੀ ਫਿਲਹਾਲ ਇਸ ਦੀ ਉਮਰ ਹੈ ਤੇ 4 ਸਾਲ ਦੀ ਜਿਹੜੀ ਇਹ ਸਜ਼ਾ ਜੇਲ੍ਹ ਦੀ ਪਹਿਲਾਂ ਹੀ ਕੱਟ ਚੁੱਕਾ ਹੈ ਕਿਉਂਕਿ ਪਹਿਲਾਂ ਵੀ ਇਸ ਨੇ ਜਿਹੜਾ ਇਹੋ ਜਿਹਾ ਜੁਰਮ ਕੀਤੇ ਸਨ ਗੱਲ ਕਰ ਲਈਏ ਫੀਟ ਪਾਂਡਾ ਦੀ ਫੀਅਟ ਕੰਪਨੀ ਜਿਹੜੀ ਹੈ ਇਸ 125 ਸਾਲ ਜਿਹੜੇ 2024 11 ਜੁਲਾਈ 2024 ਨੂੰ ਹੋ ਰਿਹਾ ਹੈ ਨਾ ਤੇ 11 ਜੁਲਾਈ 2024 ਨੂੰ ਇੱਕ ਜਿਹੜੀ ਨਵੀਂ ਕਾਰ ਇਹਨਾਂ ਦੇ ਵੱਲੋਂ ਪੇਸ਼ ਕੀਤੀ ਜਾਵੇਗੀ ਜਿਹੜੀ ਹੈ ਕਿ ਫੀਅਟ ਪਾਂਡਾ ਇਲੈਕਟ੍ਰਿਕ ਬੀ ਸੈਗਮੈਂਟ ਦੀ ਕ੍ਰੋਸਓਵਰ ਜਿਹੜੀ ਕਾਰ ਹੈ ਇਹਦੇ ਵਿੱਚ ਜਿਹੜੀ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜੀ ਇਸ ਦੀ ਪ੍ਰੋਡਕਸ਼ਨ ਹੈ ਜੀ ਹੁਣ ਸਰਬੀਆ ਦੇ ਵਿੱਚ ਹੋਵੇਗੀ ਬੈਲਗ੍ਰੇਡ ਦੇ ਵਿੱਚ ਜਿਹੜਾ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਇਹ ਗੱਲ ਦੱਸੀ ਹੈ ਬਾਕੀ ਜਿਹੜੀ ਪ੍ਰਾਣੀ ਪਾਂਡਾ ਹੈ ਜੀ ਇਹਦੀ ਜਿਹੜੀ ਪ੍ਰੋਡਕਸ਼ਨ ਇਟਲੀ ਦੇ ਵਿੱਚ ਪੋਮੀਲੀਆਨੋ ਦਾ ਇਲਾਕਾ ਪੈਂਦਾ ਹੈ ਉੱਥੇ ਹੀ ਚੱਲਦੀ ਰਹੇਗੀ 2026 ਤੱਕ ਤੇ ਦੂਜੇ ਪਾਸੇ 2024 ਨੂੰ ਜਿਹੜੀ ਨਵੀਂ ਗੱਡੀ ਇਲੈਕਟ੍ਰਿਕ ਹੈ ਜੀ ਉਹ ਸਰਬੀਆ ਦੇ ਵੱਲੋਂ ਪੇਸ਼ ਕਰ ਦਿੱਤੀ ਜਾਵੇਗੀ ਇੱਥੇ ਵੀ ਦੱਸਿਆ ਕਿ ਜਿਹੜਾ ਫੀਟ ਮਾਰਕਾ ਟਾਲਿਨ ਹੈ ਹੁਣ ਗੱਲ ਕਰ ਲਈਏ 100 ਯੂਰੋ ਦੀ 100 ਯੂਰੋ ਜਿਹੜਾ ਹੈ ਕਿ ਇੱਕ ਕੰਪਨੀਆ ਦੇ ਵੱਲੋਂ ਜਿਹੜਾ ਇੱਕ ਪ੍ਰੋਵੀਜ਼ਨ ਤਿਆਰ ਕੀਤਾ ਗਿਆ ਹੈ ਤੇਰੇ ਵਿੱਚ ਹੀ ਦੱਸਿਆ ਗਿਆ ਹੈ ਕਿ ਜਿਹੜੇ ਵੀ ਵਰਕਰ ਹੋਣਗੇ ਜਿਹੜੇ ਦਸੰਬਰ ਮਹੀਨੇ ਵਿੱਚ ਕੋਈ ਵੀ ਇਨਫੋਰਚੂਨੀਆ ਨਹੀਂ ਲੈਂਦੇ ਉਹਨਾਂ ਦੇ ਵਾਸਤੇ ਜਿਹੜਾ ਫਰਵਰੀ 2024 ਹੋਵੇਗਾ ਉਹਨਾਂ ਨੂੰ ਇੱਕ ਜਿਹੜੀ ਕਸ਼ਤ 100000 ਦੀ ਦਿੱਤੀ ਜਾਵੇਗੀ ਇਹ ਜਿਹੜਾ ਕੰਪਨੀਆਂ ਦੇ ਵੱਲੋਂ ਜਿਹੜਾ ਫੈਸਲਾ ਲਿਆ ਜਾ ਰਿਹਾ ਹੈ ਜਿਹੜੇ ਸਿੰਡੀਕਾਟੀਆਂ ਜੀ ਉਹਨਾਂ ਨੂੰ ਜਦੋਂ ਕਿ ਸੀਜੀਆਇਲ ਦੇ ਹੋ ਗਏ ਜਾਂ ਐਫਆਈਓਐਮ ਦੇ ਹੋ ਗਏ ਜਿਹੜੇ ਉਹਨਾਂ ਨੂੰ ਇਹ ਜਿਹੜਾ ਕਮਿਊਨੀਕੇਸ਼ਨ ਹੈ ਜੀ ਇਹ ਪਸੰਦ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਕਿਸੇ ਬੰਦੇ ਤੇ ਕੋਈ ਛੱਟ ਝੂਟ ਵੀ ਲੱਗ ਜਾਂਦੀ ਹੈ ਤੋ ਉਹ ਬੰਦਾ ਜਿਹੜਾ ਹੈ ਜੀ 100 ਜੁਰਮ ਦੇ ਲਾਲਜ ਵਿੱਚ ਹੋ ਸਕਦਾ ਕਿ ਉਹ ਕੈਦ ਵੇ ਕਿ ਮੇਰੇ ਸੱਟ ਜਿਹੜੀ ਥੋੜੀ ਲੱਗੀ ਹੈ ਜਾਂ ਉਹ ਛੁੱਟੀ ਲੈਣ ਤੋਂ ਬਚੇ। ਬਾਕੀ ਜਿਹੜੇ ਪੇਪਰ ਇਟਲੀ ਦੇ ਵਿੱਚ ਹੁਣ ਭਰੇ ਗਏ ਹਨ ਡੋਮੈਸਟਿਕ ਜਿਹੜੇ ਹਨ ਜੀ ਇਹਦੇ ਵਾਸਤੇ ਬੰਦਾ ਕਿੰਨੇ ਟਾਈਮ ਦੇ ਵਿੱਚ ਇੰਡੀਆ ਤੋਂ ਇੱਥੇ ਆ ਸਕਦਾ ਹੈ। ਪੇਪਰ ਕਿੰਨੇ ਟਾਈਮ ਦੇ ਵਿੱਚ ਨਿਕਲਣਗੇ। ਜਿਹੜੇ ਪੇਪਰਾਂ ਜੀ ਹੋ ਸਕਦਾ ਕਿ ਬਹੁਤ ਜਲਦੀ ਨਿਕਲ ਜਾਣ ਕਿਉਂਕਿ 2024 ਦੇ ਵਿੱਚ ਜਿਹੜਾ ਸਰਕਾਰ ਦਾ ਇੱਕ ਫੈਰਮਾਨ ਆਇਆ ਹੈ ਕਿ ਜਿਹੜੀ ਫਲੂਸੀ ਖੋਲਣ ਦੀ ਤੇ ਉਹਦੇ ਵਾਸਤੇ ਦੱਸਿਆ ਜਾਂਦਾ ਹੈ ਕਿ ਜਿਹੜੇ ਪੇਪਰ ਹਨ ਉਹ ਜਲਦੀ ਜਲਦੀ ਨਾ ਉਹਦਾ ਜਿਹੜਾ ਰਿਜ਼ਲਟ ਹੈ ਜੀ ਪਤਾ ਲ ਫੇਰ ਵੀ ਤੁਸੀਂ ਇੱਕ ਇਟਲੀ ਦੇ ਵਿੱਚ ਆਮ ਜਿਹੜੀ ਅਪਾਇੰਟਮੈਂਟ ਲੈਂਦੇ ਹੋ ਤੁਹਾਨੂੰ ਪਤਾ ਹੈ ਕਿ ਜਿਹੜਾ ਸਮਾਂ ਮਹੀਨਿਆਂ ਬੁੱਧੀ ਲੱਗਦਾ ਹੈ ਤੇ ਇਹ ਤਾਂ ਫਿਰ ਵੀ ਜਿਹੜੀ ਇਮੀਗ੍ਰੇਸ਼ਨ ਦੇ ਪੇਪਰ ਹਨ ਸਮਾਂ ਜਿਹੜਾ ਇਹਦੇ ਵਿੱਚ ਜ਼ਰੂਰ ਲੱਗੇਗਾ ਕਿਸੇ ਨੂੰ 2 ਮਹੀਨੇ ਵੀ ਲੱਗ ਸਕਦੇ ਹਨ ਤੇ ਕਿਸੇ ਨੂੰ 5-6 ਮਹੀਨੇ ਵਿੱਚ ਵੀ ਰਿਜ਼ਲਟ ਜਿਹੜਾ ਆ ਸਕਦਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ